ਦੋਸਤੋ ਇਹ ਵੀਡੀਓ ਵੇਖ ਕੇ ਨਾ ਤੁਹਾਡਾ ਵੀ ਹਾਸਾ ਨਹੀਂ ਰੁਕਣਾ। ਇਹ ਵੀਡੀਓ ਲੈਂਦੇ ਪੰਜਾਬ ਦੀ ਹੈ ਅਤੇ ਤੁਸੀਂ ਵੀਡੀਓ ਵਿੱਚ ਨਾ ਇੱਕ ਮੁੰਡੇ ਨੂੰ ਵੇਖ ਸਕਦੇ ਹੋ ਜੋ ਕਿ ਨਾ ਵਿਦੇਸ਼ ਤੋਂ ਕਈ ਸਾਲਾਂ ਬਾਅਦ ਘਰ ਆਉਂਦਾ ਹੈ ਅਤੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਪਤੰਦਰ ਆਉਂਦਾ ਹੀ ਜਹਾਜ਼ ਦੇ ਵਿੱਚ ਡੱਕ ਲੈਂਦਾ ਦਾਰੂ ਅਤੇ ਤੁਸੀਂ ਵੇਖੋ ਕਿ ਅੱਗੇ ਸਵਾਗਤ ਕਰਨ ਵਾਲਿਆਂ ਨੂੰ ਵੀ ਪਤਾ ਸੀ ਕਿ ਇਹ ਤਾਂ ਪਤੰਦਰ ਪੱਕਾ ਨਸ਼ੇੜੀ ਹੈ ਅਤੇ ਵੇਖੋ ਤਾਂ ਕਿਸ ਤਰ੍ਹਾਂ ਸਵਾਗਤ ਕਰ ਰਹੇ ਨੇ ਪਰ ਉਹਨੂੰ ਪਤਾ ਤੱਕ ਨਹੀਂ ਲੱਗ ਰਿਹਾ ਕਿ ਮੈਂ ਕਿਹੜੇ ਬੰਦੇ ਨੂੰ ਮਿਲ ਰਿਹਾ ਅਤੇ ਕਿਹੜੇ ਬੰਦੇ ਨੂੰ ਨਹੀਂ ਮਿਲਣਾ। ਆਹ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਪਿੱਛੇ ਸਾਰੇ ਖੜ ਕੇ ਹੱਸ ਰਹੇ ਨੇ ਪਰ ਤੁਸੀਂ ਇਸ ਬੰਦੇ ਦਾ ਹਾਲ ਵੇਖੋ ਕਿ ਕਿੰਨਾ ਬੁਰਾ ਹਾਲ ਹੋ ਚੁੱਕਿਆ। ਬਈ ਇਹ ਵੀ ਕਹਿੰਦੇ ਹੋਣਗੇ ਕਿ ਨਸ਼ੇੜੀ ਮਸ਼ਾਂ ਕੱਢਿਆ ਸੀ ਅਤੇ ਹੁਣ ਫਿਰ ਤੋਂ ਘਰ ਵਾਪਸ ਆ ਗਿਆ ਅਤੇ ਤੁਸੀਂ ਸਵਾਗਤ ਵੇਖੋ ਇਹਨਾਂ ਬੰਦਿਆਂ ਨੇ ਕਿਹੋ ਜਿਹਾ ਕੀਤਾ ਇਸ ਬੰਦੇ ਦਾ। ਪਤਾ ਨਹੀਂ ਵੀਰ ਨੇ ਖੁਸ਼ੀ ਦੇ ਵਿੱਚ ਪੀਤੀ ਹੈ ਜਾਂ ਗਮ ਦੇ ਵਿੱਚ ਪੀਤੀ ਹੈ ਪਰ ਇੱਕ ਗੱਲ ਦੀ ਸਮਝ ਨਹੀਂ ਲੱਗੀ ਕਿ ਇਹਨਾਂ ਬੰਦਿਆਂ ਨੇ ਇਸ ਬੰਦੇ ਦਾ ਸਵਾਗਤ ਇਸ ਤਰ੍ਹਾਂ ਕਿਉਂ ਕੀਤਾ। ਜੇ ਤੁਹਾਡੀ ਸਮਝ ਦੇ ਵਿੱਚ ਆਇਆ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ। ਹਾਂ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ। ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਤੇ, ਉਦੋਂ ਤੱਕ ਰੱਬ ਰਾਖਾ।